ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਕਿਸਾਨ ਮਜ਼ਦੂਰ ਮੋਰਚਾ। ਸਰ ਜੀ ਅੱਜ ਕਿੰਨੇ ਦਿਨ ਹੋ ਗਏ ਮੋਰਚੇ 'ਤੇ ਬੈਠੇ ਹੋ ਸਰ? ਅੱਜ ਸਾਨੂੰ ਜੀ 13 ਫਰਵਰੀ ਤੋਂ ਲੈ ਕਰਕੇ ਅੱਜ 108 ਦਿਨ ਲਗਾਤਾਰ ਇਸ ਮੋਰਚੇ ਦੇ ਵਿੱਚ ਕਿਸਾਨ ਅੰਦੋਲਨ ਟੂ ਸ਼ੰਭੂ ਮੋਰਚੇ ਦੇ ਵਿੱਚ ਅਸੀਂ ਇੱਥੇ ਸੰਘਰਸ਼ ਦੇ ਵਿੱਚ ਬੈਠੇ ਹੋਏ ਹਾਂ। ਸਰ ਜੀ ਕਣਕ ਦੀ ਧੁੱਪ ਦੇ ਵਿੱਚ ਵੀ ਤੁਸੀਂ ਰੋਜ਼ ਸਟੇਜ ਲਾਉਂਦੇ ਹੈਗੇ ਆ, ਤਾਂ ਸਰਕਾਰਾਂ ਕਿਉਂ ਨਹੀਂ ਗੱਲ ਸੁਣਦੀਆਂ ਹੈਗੀਆਂ, ਤਾਂ ਹੁਣ ਤੁਹਾਡਾ ਅਗਲਾ ਐਲਾਨ ਕੀ ਆ? ਹਾਂ ਦੇਖੋ, ਮੌਸਮ ਦੇ ਹਿਸਾਬ ਦੇ ਨਾਲ ਜਿਵੇਂ ਰੋਜ਼ਾਨਾ ਦੀ ਤਰ੍ਹਾਂ 44-45 ਡਿਗਰੀ ਦੇ ਜਿਹੜਾ ਤਾਪਮਾਨ ਹੈਗਾ, ਚਲੋ ਉਸ ਤਾਂ ਅਕਾਲ ਪੁਰਖ ਦੀ ਉਸ ਦੀ ਰਹਿਮਤ ਆ, ਅਤੇ ਬਾਕੀ ਅਸੀਂ ਰੋਜ਼ਾਨਾ ਹੀ 10 ਵਜੇ ਤੋਂ ਲੈ ਕੇ 1 ਵਜੇ ਤੱਕ ਸ਼ੰਭੂ ਮੋਰਚੇ ਦੀ ਸਟੇਜ 'ਤੇ ਸਾਡੇ ਵੱਖ ਵੱਖ ਜਿਹੜੇ ਸਾਰੇ ਬੁਲਾਰੇ ਨੇ KMM ਦੇ ਔਰ SKM ਨੌਨ ਪੋਲੀਟੀਕਲ ਦੇ ਜਿਹੜੇ ਸਾਰੇ ਬੁਲਾਰੇ ਨੇ ਇੱਥੇ ਬੋਲਦੇ ਨੇ। ਅੱਜ ਦੀ ਮੀਟਿੰਗ ਵਿੱਚ ਅਸੀਂ ਪਾਸ ਕੀਤਾ ਹੈਗਾ ਕਿ 1 ਜੂਨ ਦੀ ਸ਼ਾਮ ਨੂੰ ਔਰ 2 ਜੂਨ ਦੀ ਸਵੇਰ ਨੂੰ ਇੱਥੇ ਬੜੀਆਂ ਵੱਡੀਆਂ ਟਰਾਲੀਆਂ ਦੇ ਜਿਹੜੇ ਕਾਫਲੇ ਨੇ ਉਹ ਪਹੁੰਚ ਰਹੇ ਨੇ, ਔਰ ਕਿਸਾਨਾਂ ਦਾ ਫੇਰ 13 ਫਰਵਰੀ ਵਾਂਗ ਇੱਕ ਵੱਡਾ ਇਕੱਠ ਇੱਥੇ ਹੋਵੇਗਾ। ਉਹਦੇ ਵਿੱਚ ਆਉਣ ਵਾਲੀ ਨਵੀਂ ਰਣਨੀਤੀ ਜਿਹੜੀ ਹੈ ਔਰ ਨਵੇਂ ਐਲਾਨ ਨੇ ਉਹ ਕੀਤੇ ਜਾਣਗੇ। ਸਰਕਾਰ ਭਾਵੇਂ ਕੇਂਦਰ ਵਿੱਚ ਕਿਸੇ ਦੀ ਵੀ ਬਣ ਜਾਵੇ, ਪਰ ਇਹ ਮੋਰਚਾ, ਇਹ ਸੰਘਰਸ਼ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਸਾਡੀਆਂ ਕਿਸਾਨੀ ਹੱਕੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਸਰ ਜੀ ਪੰਜਾਬ ਸਰਕਾਰ ਵੀ ਅੱਖਾਂ ਬੰਦ ਕਰਕੇ ਬੈਠੀ ਹੈ ਕਿ ਜੇ ਕੋਈ ਨਵੀਂ ਸਰਕਾਰ ਆ ਜਾਂਦੀ ਹੈਗੀ ਆ ਉੱਪਰ ਕੇਂਦਰ ਦੇ ਵਿੱਚ, ਤਾਂ ਉਹਦੇ ਬਾਰੇ ਕੀ ਕਹਿਣਾ? ਸਾਨੂੰ ਕਿਸੇ ਵੀ ਸਰਕਾਰ ਤੋਂ ਸੰਘਰਸ਼ ਚੱਲਦੇ ਦੌਰਾਨ ਕੋਈ ਐਡੀ ਵੱਡੀ ਆਸ ਅਸੀਂ ਪ੍ਰਗਟ ਨਹੀਂ ਕਰਦੇ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਸਰਕਾਰਾਂ ਬਣਨ ਦੇ ਨਾਲ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰ, ਛੋਟੇ ਵਪਾਰੀਆਂ ਦੇ ਮਸਲੇ ਹੱਲ ਹੋਣ ਵਾਲੇ ਨਹੀਂ। ਜਿਹੜੇ ਮਸਲੇ ਨੇ, ਜਿਹੜੇ ਸਾਡੇ ਲੜਕਦੀਆਂ ਮੰਗਾਂ ਨੇ, ਉਹ ਸੰਘਰਸ਼ਾਂ ਦੇ ਨਾਲ ਹੀ ਉਹ ਪੂਰੀਆਂ ਹੋਣਗੀਆਂ। ਅਗਰ ਸਰਕਾਰਾਂ ਨਹੀਂ ਗੱਲ ਮੰਨਦੀਆਂ ਹੈਗੀਆਂ ਤੁਹਾਡੀਆਂ, ਵੀ ਸਰਕਾਰ ਬਣ ਵੀ ਜਾਂਦੀ ਹੈਗੀ ਹੈ ਕੇਂਦਰ 'ਚ, ਤਾਂ ਨਹੀਂ ਸਰਕਾਰ ਗੱਲ ਮੰਨਦੀ ਹੈਗੀ ਤੁਹਾਡੀ, ਨਹੀਂ ਤੁਹਾਡੇ ਨਾਲ ਮੀਟਿੰਗਾਂ ਕਰਦੀ, ਫਿਰ ਕੀ ਕਰੋਗੇ? ਦੇਖੋ, ਸਰਕਾਰ ਨੇ ਮੋਰਚਾ ਲੱਗਣ ਤੋਂ ਪਹਿਲਾਂ ਵੀ 2 ਮੀਟਿੰਗਾਂ ਕੀਤੀਆਂ, ਬੇਸਿੱਟਾਂ ਰਹੀਆਂ। ਜਿਸ ਦਿਨ ਤੋਂ ਮੋਰਚਾ ਲੱਗ ਗਿਆ 13 ਫਰਵਰੀ ਨੂੰ, 1-15 ਫਰਵਰੀ ਨੂੰ, 1-18 ਫਰਵਰੀ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਸਾਡੀ ਚੰਡੀਗੜ੍ਹ 'ਚ ਮੀਟਿੰਗ ਹੋਈ, ਉਹ ਵੀ ਸਾਡੀ ਬੇਸਿੱਟਾ ਰਹੀ, ਪਰ ਲੋਲੀਪੋਪ ਦੇ ਕੇ ਹੀ ਵਾਪਸ ਜਾਂਦੇ ਰਹੇ। ਪਰ ਉਹਨਾਂ ਦੀਆਂ ਦਿੱਤੀਆਂ ਜਿਹੜੇ ਉਹਨਾਂ ਨੇ ਸਾਨੂੰ ਆਪਣੇ ਡਿਸੀਜਨ ਦਿੱਤੇ ਸੀਗੇ, ਉਹਨਾਂ 'ਤੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਅਸੀਂ ਇਹ ਮੋਰਚਾ ਉਨਾ ਸਮਾਂ ਜਾਰੀ ਰੱਖਾਂਗੇ ਜਿੰਨਾ ਸਮਾਂ ਸਾਡੀਆਂ ਮੰਗਾਂ ਨੂੰ ਪੂਰੀਆਂ ਨਹੀਂ ਕੀਤਾ ਜਾਂਦਾ।